मेरे खाविंद हैं हारिस अली, उन्होंने किया है पिछले 6 महीने से बारह बार मुझे तशद्दुद का निशाना बना रहे हैं। अस्सलाम वालेकुम सोनियो, पिछले दिनों तुसी एक मकालमा टीवी ते वेख्या सी, खलील रहमान कमर साहब दे विचकार नाल सी उह साहिल अदीम जिहड़ा स्कॉलर है वड्डे वड्डे वालां वाला बनिया। हाँ जी, एक अगे जिहड़ी उह बीबी कुड़ी बैठी जिन्हें सवाल किए उस प्रोग्राम ने बड़ी जिहड़ी रेटिंग लई, उहदी जिहड़ी होस्ट सी ना उहदा नाम आयशा जहाँजेब। हुण इस प्रोग्राम करन तो बाद जिन्ना कि बहुत ज़्यादा वायरल होया, बड़ियां बड़ियां लोगों ते वीडियो कीतियां, तनकीद हुई, सारा कुछ होया, बाद तो पता लग गया कि वही अपना इस शो की प्रोड्यूसर कंटेंट राइटर वो जी कुड़ी हुई जी सवाल करन डई, यानी कि सारा मिलया जुलया ड्रामा से सारा शो नू कामयाब पॉपुलर करने वास्ते। हुण इहदी जिहड़ी एंकर होस्ट आयशा जहाँजेब, असीं बहुत अरसे तों उहनूं वेख रहे हां, ਕਿੱਥੇ ਉਹ ਖਬਰਨਾਕ ਵਿੱਚ ਵੀ ਅਸੀਂ ਇਹਨੂੰ ਵੇਖਿਆ, ਬੜੀ ਹਾਸਾ ਪ੍ਰੋਗਰਾਮ ਕਰਦੀ, ਬੜੀ ਸ਼ਾਨਦਾਰ ਐਂਕਰ। ਉਹਨੂੰ ਵਿਚਾਰੇ ਨੂੰ ਅੱਜ ਕੀ ਹੋਇਆ ਕਿ ਉਹਦੇ ਸ਼ੌਹਰ ਹਾਰਿਸ ਨੇ ਜੀ ਬਹੁਤ ਜ਼ਿਆਦਾ ਮਾਰਿਆ ਕੁੱਟਿਆ, ਤੁਸੀਂ ਵੇਖਦੇ ਹੋ ਉਹਦੇ ਚਿਹਰੇ 'ਤੇ ਹਰ ਪਾਸੇ ਕਿੰਨੇ ਨਿਸ਼ਾਨ ਪਏ ਨੇ, ਜਵਾਨ ਧੀ ਉਹਦੀ ਉਹਦੇ ਨਾਲ ਥਾਣੇ ਆ ਜਿੱਥੇ ਪਰਚਾ ਕਰਵਾਇਆ, ਇਹ ਵੀ ਕਿਹਾ ਜਾ ਰਿਹਾ ਕਿ ਉਹ ਬੰਦਾ ਉਹਦਾ ਫੜਿਆ ਵੀ ਗਿਆ। ਉਹਨੇ ਆਖਿਆ ਜੀ ਕਿ ਮੇਰੀ ਜਾਨ ਨੂੰ ਜਿਹੜਾ ਨਾ ਖਤਰਾ ਹੈ ਆਪਣੇ ਸ਼ੌਹਰ ਤੋਂ, ਅਤੇ ਪਿਛਲੇ 6 ਮਹੀਨੇ ਤੋਂ ਮੈਨੂੰ ਉਹ ਕੁੱਟਮਾਰ ਕਰ ਰਿਹਾ ਮੇਰੀ, ਅਤੇ ਮੈਨੂੰ ਆਪਣੀ ਧੀਆਂ ਦਾ ਆਪਣੇ ਬੱਚਿਆਂ ਦਾ ਜਿਹੜੀ ਨੇ ਫਿਕਰ ਹੈ, ਹਕੂਮਤ ਜਿਹੜੀ ਇਹਨੇ ਮੈਨੂੰ ਇਨਸਾਫ ਦੇ, ਮੇਰੀ ਮਦਦ ਕਰੇ, ਹੈਲਪ ਕਰੇ। ਅੱਛਾ ਇਹ ਚੀਜ਼ਾਂ, ਅੱਛਾ ਉਹਨੇ ਜਿਹੜੀ ਗੱਲ ਜਿਹੜੀ ਬਹੁਤ ਇੱਕ ਅੰਦਰ ਦੀ ਖਬਰ ਜਿਹੜੀ ਇਹਨੇ ਦਿੱਤੀ ਹੈ ਨਾ, ਇਹਦੇ 'ਤੇ ਮੇਰਾ ਖਿਆਲ ਘੱਟ ਹੀ ਲੋਕਾਂ ਦਾ ਜ਼ਿਹਨ ਗਿਆ। ਉਹਨੇ ਆਖਿਆ ਜਦੋਂ ਪੁੱਛਿਆ ਗਿਆ, ਸਵਾਲ ਕੀਤਾ ਗਿਆ ਸਮਾਂ 'ਤੇ ਮੈਂ ਖਬਰ ਵੇਖੀ ਹੈ, ਅਤੇ ਉਹ ਜਦੋਂ ਸਵਾਲ ਕੀਤਾ ਨਾ ਤਾਂ ਉਹ ਵਜ੍ਹਾ ਵਿੱਚ ਦੱਸੀ, ਉਹਨੇ ਕਿਹਾ ਜੀ ਮੇਰਾ ਜਿਹੜਾ ਮੀਆਂ ਨਾ ਉਹਨੇ ਇਸ ਵਿਆਹ ਨੂੰ ਯਾਨੀ ਕਿ ਲੁਕਾਇਆ ਸੀ, ਯਾਨੀ ਆਪਣੀ ਜ਼ਬਾਨ 'ਚ ਉਹਨੂੰ ਦੱਸਿਆ ਕਿ ਘਰ ਵਾਲਿਆਂ ਤੋਂ ਉਹਨੇ ਆਪਣੇ ਮੁੰਡੇ ਨੇ ਹਾਰਿਸ ਨੇ ਆਪਣੇ ਘਰ ਵਾਲਿਆਂ ਤੋਂ ਇਹ ਲੁਕਾ ਲੁਕੂ ਕੇ ਕਿਤੇ ਵਿਆਹ ਸ਼ਾ ਕੀਤਾ ਸੀ। ਕਈ ਵਾਰੀ ਐਸਾ ਹੁੰਦਾ ਨਾ ਕਿ ਪਹਿਲਾਂ ਘਰ ਵਾਲਿਆਂ ਕੀਤਾ, ਦੂਜਾ ਬੰਦਾ ਆਪਣੀ ਪਸੰਦ ਦਾ ਚੋਰੀ ਛੁਪੇ ਕਰ ਲੈਣਾ, ਜਦੋਂ ਪਤਾ ਲੱਗਦਾ ਫਿਰ ਰੌਲੇ ਬਣ ਜਾਂਦੇ ਹੁੰਦੇ ਨੇ। ਉਹਨੇ ਆਖਿਆ 6 ਮਹੀਨੇ ਜਿਹਨੇ ਮੈਨੂੰ ਬੜੀ ਦਫ਼ਾ ਮਾਰਿਆ ਕੁੱਟਿਆ, ਲੇਕਿਨ ਮੈਂ ਆਪਣਾ ਘਰ ਬਚਾਉਣ ਦੀ ਖਾਤਰ ਜੁੜੀ ਰਹੀ ਹਾਂ, ਸਮਝੌਤਾ ਕਰਦੀ ਰਹੀ ਹਾਂ, ਲੇਕਿਨ ਹੁਣ ਬਸ ਹੋ ਗਈ ਹੈ। ਫਿਰ ਉਹ ਵੀ ਉਹਨੇ ਆਖਿਆ ਕਿ 1 ਤਲਾਕ ਵੀ ਮੈਨੂੰ ਉਹ ਦੇ ਚੁੱਕਿਆ। ਹੈਰਤ ਦੀ ਗੱਲ ਹੈ ਕਿ ਜਿੱਥੇ ਆਮ ਲੋਕ ਕਹਿੰਦੇ ਨੇ ਜੀ ਪਿੰਡਾਂ ਦੇ ਲੋਕ ਅਨਪੜ੍ਹ ਲੋਕ ਨੇ ਆਪਣੀ ਜਨਾਨੀਆਂ ਨੂੰ ਮਾਰਦੇ ਨੇ, ਇਹ ਪੜ੍ਹਿਆ ਲਿਖਿਆ ਪੜ੍ਹਿਆ ਲਿਖਿਆ ਦਾ ਵੀ ਇਹ ਹਾਲ ਹੈ, ਜਿਹੜਾ ਕਿ ਬਹੁਤ ਗਲਤ ਹੈ। ਮੈਂ ਸਮਝਦਾ ਵਾਂ ਕਿ ਇੱਕ ਜਿਹੜਾ ਮਰਦ ਬੰਦਾ ਨਾ ਉਹ ਕਦੀ ਵੀ ਇਹੋ ਜਿਹਾ ਘਟੀਆ ਕੰਮ ਜਿਹੜਾ ਨਹੀਂ ਕਰਦਾ, ਲੇਕਿਨ ਕਈ ਵਾਰੀ ਐਸਾ ਵੀ ਹੋ ਜਾਂਦਾ ਹੈ। ਇਹਦਾ ਦੂਸਰਾ ਪਹਿਲੂ ਵੀ ਇਹ ਵੇ, ਯਕੀਨ ਮੰਨੋ ਅਸੀਂ ਉਹੋ ਜਿਹੀਆਂ ਜਨਾਨੀਆਂ ਵੀ ਵੇਖੀਆਂ ਨੇ ਕਿ ਜਿਹਨਾਂ ਨੂੰ ਮਾਰਨਾ ਨਾ ਪਏ ਤਾਂ ਉਹਨਾਂ ਨੂੰ ਸਕੂਨ ਹੀ ਨਹੀਂ ਆਉਂਦਾ ਉਨੀ ਦੇਰ ਤੀਕਰ, ਯਾਨੀ ਕਿ ਬੰਦੇ ਤੋਂ ਕੁੱਟ ਖਾਣ ਦੀ ਆਦੀ ਹੋ ਗਈਆਂ ਉਹਨਾਂ ਨੂੰ ਚੱਸ ਆਉਂਦੀ। ਬਾਕੀ ਅੱਲਾ ਮਾਫ਼ ਕਰੇ, ਮਾਰਨਾ ਨਹੀਂ ਚਾਹੀਦਾ, ਇਹ ਇੱਕ ਪਾਸੇ ਦਾ ਯਾਨੀ ਕਿ ਸੱਚ ਹੈ। ਦੂਜੇ ਪਾਸੇ ਹਾਰਿਸ ਦਾ ਬਿਆਨ ਅਜੇ ਤੀਕਰ ਕੋਈ ਨਹੀਂ ਆਇਆ, ਠੀਕ ਹੈ ਨਾ, ਕਿ ਕੀ ਸਾਰਾ ਮਾਮਲਾ ਬਣਿਆ, ਦੋਨਾਂ ਪਾਸੇ ਦੀ ਗੱਲ ਆਏ ਤੇ ਅਸਲ ਹਕਾਇਕ ਦਾ ਫਿਰ ਪਤਾ ਲੱਗਦਾ। ਲੇਕਿਨ ਇਹ ਫੁਟੇਜ ਵੇਖ ਕੇ ਸਾਰਾ ਕੁਝ ਬਿਆਨ ਸੁਣ ਕੇ ਸਮਾਂ ਤੇ ਆਇਸ਼ਾ ਜਹਾਂਜ਼ੀਬ ਦਾ ਤੇ ਇੱਕ ਦੁੱਖ ਹੋਇਆ ਕਿ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ। ਉਹ ਇੱਕ ਮਾਂ ਹੈ ਤੇ ਉਹਦੇ ਬੱਚਿਆਂ, ਇਹ ਸੋਚੋ ਤੁਸੀਂ ਕਿ ਜਦੋਂ ਸ਼ੌਹਰ ਬਾਪ ਆਪਣੇ ਬੱਚਿਆਂ ਦੇ ਸਾਹਮਣੇ ਆਪਣੀ ਵਾਈਫ ਨੂੰ ਮਾਰਦਾ ਹੋਏ, ਉਹਨਾਂ ਬੱਚਿਆਂ ਤੇ ਕੀ ਇੰਪਰੈਸ਼ਨ ਪਏਗਾ, ਆਪਣੇ ਬਾਪ ਦੇ ਬਾਰੇ ਕੀ ਸੋਚ ਰੱਖਣਗੇ। ਗਾਂ ਉਹਨਾਂ ਨੂੰ ਮਰਦਾਂ ਤੋਂ ਇਸ ਤਰ੍ਹਾਂ ਨਫ਼ਰਤ ਨਹੀਂ ਹੋਏਗੀ। ਇਹਨਾਂ ਸਾਰੀਆਂ ਚੀਜ਼ਾਂ ਦਾ ਵੀ ਖਿਆਲ ਜਿਹੜਾ ਨਾ ਹਮੇਸ਼ਾ ਰੱਖਣਾ ਚਾਹੀਦਾ ਮਰਦ ਨੂੰ।
ਤੇ ਮਾਰਨਾ ਕੁੱਟਣਾ ਇਸਲਾਮ ਵਿੱਚ ਤੇ ਜਾਇਜ਼ ਹੀ ਨਹੀਂ ਚੀਜ਼ਾਂ ਹੈ, ਨਹੀਂ ਨਿਭਾ ਹੋ ਰਿਹਾ ਤੇ ਠੀਕ ਹੈ ਛੱਡ ਦਿਓ ਤੁਸੀਂ, ਅੱਲਾਹ ਪਾਕ ਨੇ ਇੱਕ ਰਸਤਾ ਰੱਖਿਆ। ਬਾਕੀ ਇਹਦੇ ਬਾਰੇ ਤੁਹਾਡੀ ਕੀ ਰਾਏ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਤੁਸੀਂ ਦੱਸਣਾ। ਅੱਲਾਹ ਕਰੇ ਕਿ ਇਹਨਾਂ ਨਾਲ ਇਨਸਾਫ਼ ਹੋਏ, ਅਤੇ ਦੂਜੇ ਪਾਸੇ ਦੀ ਵੀ ਖਬਰ ਜਿੰਨੀ ਦੇਰ ਤੱਕ ਨਹੀਂ ਆਉਂਦੀ ਅਸੀਂ ਆਪਣੀ ਰਾਏ ਇਹਦੇ ਬਾਰੇ ਨਹੀਂ ਦੇ ਸਕਦੇ। ਹਾਂ ਇਹ ਕਹਾਂਗੇ, ਮਜ਼ੰਮਤ ਜ਼ਰੂਰ ਕਰਾਂਗੇ ਕਿ ਜੋ ਹੋਇਆ ਗਲਤ ਹੋਇਆ, ਮਾਰ ਕੁੱਟ ਨਹੀਂ ਹੋਣੀ ਚਾਹੀਦੀ, ਨਾਲੇ ਘਰ ਦਾ ਮਾਮਲਾ ਇਹਨੂੰ ਘਰ ਰਹਿ ਕੇ ਹੱਲ ਕੀਤਾ ਜਾ ਸਕਦਾ ਜੀ। ਵੱਡੇ ਸਿਆਣੇ ਬਹਿੰਦੇ, ਜਿਵੇਂ ਪਿੰਡਾਂ ਥਾਵਾਂ 'ਚ ਬਹਿੰਦੇ ਤੁਸੀਂ, ਘਰਾਂ ਦੇ ਬਜ਼ੁਰਗ ਸਿਆਣੇ ਬਹਿੰਦੇ ਨੇ ਅਤੇ ਮਾਮਲਾ ਨੂੰ ਜਿਹੜਾ ਨਾ ਉਹ ਸੈਟਲਮੈਂਟ ਕਰ ਲੈਂਦੇ ਨੇ। ਬਾਕੀ ਵੇਖੋ ਅੱਗੇ ਕੀ ਨਿਕਲਦਾ, ਅੱਲਾਹ ਪਾਕ ਰਹਿਮਤਾਂ ਕਰੇ।